ਬੋਲਿਆ ਹੈ ਇਹ ਹਿੰਦੂ ਸੀ ਪਰ ਇਹ ਸੋ ਜਵਾਨ ਸੀ ਸਮਝਦਾਰ ਸੀ ਬਾਬਾ ਜੀ ਦੇ ਦਰਸ਼ਨਾਂ ਦੇ ਵਾਸਤੇ ਇੱਕ ਦਿਨ ਕਰਨਲ ਚੱਲ ਕੇ ਪਲਟਨ ਦੇ ਵਿੱਚ ਆਇਆ ਹੈ ਫੌਜੀਆਂ ਨੂੰ ਪੁੱਛਣ ਲੱਗਾ ਹੈ ਕਿ ਛੋਟੇ ਬਾਬਾ ਜੀ ਜਿਨ੍ਹਾਂ ਦੀ ਬੜੀ ਤਾਰੀਫ ਕਰਦੇ ਹੋ ਸਾਨੂੰ ਵੀ ਅੱਜ ਉਹਨਾਂ ਦੇ ਦਰਸ਼ਨ ਕਰਵਾਓ ਤੇਰੇ ਜੋ ਪਲਟਨ ਸੀ ਬਾਬਾ ਜੀ ਦੇ ਪਾਸ ਕੁਝ ਸਿਪਾਹੀ ਕਰਨਲ ਨੂੰ ਲੈ ਕੇ ਗਏ ਨੇ ਤੇ ਅੱਗੇ ਬਾਬਾ ਜੀ ਬਗੀਚਾ ਦੇ ਵਿੱਚ ਸਮਾਧੀ ਲਗਾ ਕੇ ਬੈਠੇ ਹੋਏ ਸਨ ਕਰਨਲ ਨੇ ਵੇਖਿਆ ਹੈ ਤੇ ਕਹਿਣ ਲੱਗਾ ਹੈ ਸਾਨੂੰ ਪਤਾ ਹੈ ਕਿ ਇਹੋ ਜਿਹੇ ਭਗਤੀ ਵਾਲੇ ਬੰਦੇ ਜਦੋਂ ਭਗਤੀ ਕਰ ਰਹੇ ਹੁਣ ਤੇ ਉਹਨਾਂ ਦੀ ਭਗਤੀ ਦੇ ਵਿੱਚ ਭੰਗ ਨਹੀਂ ਪਾਉਣਾ ਚਾਹੀਦਾ ਕਰਨਲ ਵਾਪਸ ਆਪਣੇ ਕਮਰੇ ਦੇ ਵਿੱਚ ਆ ਗਿਆ ਹੈ ਬਾਬਾ ਜੀ ਸਮਾਧੀ ਤੋਂ ਉੱਠੇ ਨੇ ਉਹਨਾਂ ਦੇ ਪਿਤਾ ਸਰਦਾਰ ਵਸਾਵਾ ਸਿੰਘ ਜੀ ਪੁੱਤਰ ਨੂੰ ਨਾਲ ਲੈ ਕੇ ਕਰਨਲ ਦੇ ਕਮਰੇ ਦੇ ਵਿੱਚ ਪਹੁੰਚ ਗਏ ਨੇ ਕਰਨਲ ਅੱਗੇ ਕੁਰਸੀ ਦੇ ਉੱਤੇ ਬੈਠਾ ਹੋਇਆ ਹੈ ਬਾਬਾ ਜੀ ਔਰ ਉਹਨਾਂ ਦੇ ਪਿਤਾ ਜੀ ਖੜੋਤੇ ਹੋਏ ਨੇ ਕਰਨਲ ਬਾਬਾ ਜੀ ਨੂੰ ਵੇਖ ਕੇ ਦਰਸ਼ਨ ਕਰਕੇ ਪ੍ਰਸੰਨ ਹੋਇਆ ਕਹਿਣ ਲੱਗਾ ਹੈ ਕਿ ਬਾਬਾ ਇਕਦਮ ਹੀ ਕਰਨਲ ਨੇ ਫਿਰ ਇਸ ਦਾ ਮਤਲਬ ਪੁੱਛਿਆ ਹੈ ਬਾਬਾ ਜੀ ਨੇ ਵਿਆਖਿਆ ਕਰਕੇ ਸੁਣਾਈ ਹੈ ਤੇ ਜਦੋਂ ਬਾਬਾ ਜੀ ਵਿਆਖਿਆ ਕਰ ਰਹੇ ਸਨ ਕਰਨਲ ਦਾ ਮਨ ਇਤਨਾ ਪ੍ਰਭਾਵਿਤ ਹੋਇਆ ਮਹਿਰਾਜ ਦੇ ਅੰਦਰ ਆਇਆ ਉੱਠ ਕੇ ਖੜਾ ਹੋਇਆ ਬਾਬਾ ਜੀ ਨੂੰ ਮੱਥਾ ਟੇਕਿਆ ਹੈ ਉਸ ਤੋਂ ਬਾਅਦ ਇਹ ਕਰਨਲ ਇੱਕ ਦਿਨ ਫੋਟੋਗ੍ਰਾਫਰ ਨੂੰ ਨਾਲ ਲਿਆਏ ਇੱਕ ਮੋਹਰਾ ਦਾ ਹਾਰ ਤਿਆਰ ਕਰਵਾਇਆ ਹੈ ਇੱਕ ਬਾਬਾ ਜੀ ਦੇ ਵਾਸਤੇ ਸੁੰਦਰ ਪੋਸ਼ਾਕਾ ਲੈ ਕੇ ਆਇਆ ਹੈ ਬਾਬਾ ਜੀ ਨੇ ਜੀਦਾ ਭੇਟ ਕੀਤੀਆਂ ਤਿੰਨ ਫੋਟੋਆਂ ਖਿਚਵਾਈਆਂ ਇਸ ਕਰਨਲ ਨੇ ਇੱਕ ਆਪਣੇ ਵਾਸਤੇ ਇੱਕ ਬਾਬਾ ਜੀ ਦੇ ਵਾਸਤੇ ਤੇ ਇੱਕ ਗੁਰੂ ਕਲ ਰੱਖੀ ਗਈ ਤੇ ਇਹਦੇ ਪਲਟਨ ਦੇ ਫੌਜੀ ਹਰ ਇੱਕ ਬਾਬਾ ਜੀ ਨੂੰ ਆਪਣੇ ਘਰ ਲਿਜਾ ਕੇ ਬਾਬਾ ਜੀ ਦਾ ਸਤਿਕਾਰ ਕਰਨਾ ਚਾਹੁੰਦਾ ਹੈ ਪਰ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਇਹ ਸਾਰਾ ਕੁਝ ਚੰਗਾ ਨਾ ਲੱਗਾ ਹੈ ਇੱਕ ਦਿਨ ਪਿਤਾ ਜੀ ਨੂੰ ਕਹਿਣ ਲੱਗੇ ਨੇ ਪਿਤਾ ਜੀ ਅਸੀਂ ਹੁਣ ਹੋਰ ਇੱਥੇ ਰਹਿਣਾ ਨਹੀਂ ਚਾਹੁੰਦੇ ਸਾਨੂੰ ਘਰ ਛੱਡ ਆਓ ਪਿਤਾ ਸਰਦਾਰ ਵਸਾਵਾ ਸਿੰਘ ਜੀ ਨੇ ਮਹੀਨੇ ਦੀ ਛੁੱਟੀ ਲੈ ਲਈ ਹੈ ਪੁੱਤਰ ਨੂੰ ਨਾਲ ਲਿਆਏ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚ ਗਏ ਨੇ ਸਾਰੇ ਫੌਜੀ ਤੇ ਕਰਨਲ ਵੀ ਬਾਬਾ ਜੀ ਨੂੰ ਵਿਦਿਆ ਕਰਨ ਦੇ ਵਾਸਤੇ ਆਇਆ ਹੈ ਬਾਬਾ ਜੀ ਘਰ ਪਹੁੰਚ ਗਏ ਨੇ ਤੇ ਸਾਰਿਆਂ ਨੂੰ ਮਿਲਣ ਤੋਂ ਬਾਅਦ ਦਾਦਾ ਅਰੂਰ ਸਿੰਘ ਜੀ ਦੇ ਮੰਜੇ ਦੇ ਉੱਤੇ ਜਾ ਕੇ ਬੈਠ ਗਏ ਨੇ ਦਾਦਾ ਜੀ ਦੀ ਹੁਣ ਬੜੀ ਬਿਰਧ ਅਵਸਥਾ ਹੋ ਚੁੱਕੀ ਸੀ ਆਪਣੇ ਪੋਤੇ ਨੂੰ ਪਾਸ ਵੇਖ ਕੇ ਬੜੇ ਖੁਸ਼ ਹੋਏ ਨੇ ਕਹਿਣ ਲੱਗੇ ਨੇ ਬੱਚਿਆ ਮੈਂ ਵੀ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ ਸਾਂ ਤੇ ਉਹਨਾਂ ਨੇ ਆਪਣਾ ਪੁਰਾਤਨ ਇਤਿਹਾਸ ਛੇੜ ਲਿਆ ਹੈ ਦਾਦਾ ਅਰੂਰ ਸਿੰਘ ਜੀ ਆਪਣੇ ਪੋਤੇ ਨੂੰ ਕਹਿਣ ਲੱਗੇ ਨੇ ਬੱਚਿਆ ਸਾਡੇ ਪਰਿਵਾਰ ਦੇ ਉੱਤੇ ਗੁਰੂ ਸਾਹਿਬਾਨ ਦੀ ਬੜੀ ਬਖਸ਼ਿਸ਼ ਰਹੀ ਹੈ ਛੇਵੇਂ ਗੁਰੂ ਕੋਈ ਨਾ ਕੋਈ ਭਗਤ ਰੱਬ ਦੇ ਨੂਰ ਵਾਲਾ ਰੱਬ ਦੇ ਪ੍ਰਤਾਪ ਵਾਲਾ ਬੱਚਾ ਪੈਦਾ ਹੁੰਦਾ ਰਹੇਗਾ ਜੋ ਸਾਰੀ ਲੋਕਾਈ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੇਗਾ ਔਰ ਉਸ ਪਰਮਾਤਮਾ ਦੇ ਨਾਲ ਅਨੇਕਾਂ ਨੂੰ ਜੋੜੇਗਾ ਫਿਰ ਦਾਦਾ ਰੂਪ ਸਿੰਘ ਜੀ ਕੁਝ ਸਮੇਂ ਦੇ ਬਾਅਦ ਕਹਿਣ ਲੱਗੇ ਨੇ ਬੱਚਿਆ ਸਾਡੇ ਹੀ ਵੱਡਿਆਂ ਵਡੇਰਿਆਂ ਦੇ ਵਿੱਚੋਂ ਮੱਖਣ ਸ਼ਾਹ ਲਵਾਣਾ ਜੀ ਹੋਏ ਨੇ ਜਿਹਨਾਂ ਦੇ ਉੱਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿਉਂਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਅੰਤਿਮ ਸੰਸਕਾਰ ਕਰਨ ਦੇ ਵਾਸਤੇ ਉਹਨਾਂ ਨੇ ਆਪਣਾ ਘਰ ਜਲਾਇਆ ਗੁਰੂ ਮਹਾਰਾਜ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਫਿਰ ਅੱਗੇ ਦਾਦਾ ਰੂਪ ਸਿੰਘ ਜੀ ਕਹਿਣ ਲੱਗੇ ਬੱਚਿਆ ਭਾਈ ਸੰਗਤ ਸਿੰਘ ਜੀ ਦੇ ਉੱਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਇੱਕ ਅਲੱਗ ਕਿਸਮ ਦੀ ਵਿਲੱਖਣ ਕਿਸਮ ਦੀ ਬਖਸ਼ਿਸ਼ ਕੀਤੀ ਕਿ ਆਪਣਾ ਟੋਲਾ ਆਪਣੀ ਕਲਗੀ ਉਹਨਾਂ ਨੂੰ ਸੌਂਪੀ ਤੇ ਉਹ ਪ੍ਰਤੀਤ ਹੁੰਦਾ ਹੈ ਕਿ ਤੇਰੀ ਜ਼ਿੰਦਗੀ ਨੂੰ
that the only rakie, although to see the same rock was Yaman on you. Sign me a meeting, as a study, Maria, as he says, the Shahada, the Nira Kundeva, they are a as a to see the Kushyaman, oh, Kushin and all, Sadas Rakat Karo, that the dog will have a hard name, but not some young. Yeah.
गुरु प्यारी सात संगत जी, एक छोटी जी बच्ची है जिसने पर्पल कलर के कपड़े पाए हुए ने, ये अपने मापिया तो विछड़ गई है। जामनी कलर के, रेड कलर के, पीले रंग के बच्चे ने कपड़े पाए हुए ने, फ्राक पाई हुई है। कोई 3 साल की बच्ची है, जिसने भी बच्ची हो चिट्टे रंग की इस बच्ची ने पजामी पाई हुई है। जिसने भी बच्ची हो कृपा करके स्टेज के उत्तों प्रबंधकों के कोलों बच्चे को ले जाने की जल्दी तो जल्दी कृपालता की जाए। ਦੇ ਵਿੱਚੋਂ ਅਨੇਕਾਂ ਨੂੰ ਨਾਮ ਦੇ ਛੱਡੇ ਦੇ ਕੇ ਬਾਣੀ ਤੇ ਗਾਣੇ ਦੇ ਨਾਲ ਜੋੜਿਆ।
ਜਾਂਦਿਆਂ ਹੋਇਆਂ ਔਰ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਯਾਦ ਦੇ ਨਾਲ ਜੁੜਦਿਆਂ ਹੋਇਆਂ ਵਿਅੰਤ ਫੁੱਲਾਂ ਪਿਆਰੀਆਂ ਹੋ ਗਈਆਂ। ਗੁਰੂ ਮਹਾਰਾਜ ਦੇ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਸਾਧ ਸੰਗਤ ਜਿਨ੍ਹਾਂ ਨੇ ਜਥੇ ਨੂੰ ਬੜਾ ਮਾਣ ਸਤਿਕਾਰ ਦਿੱਤਾ ਹੈ, ਆਇਆ ਦੇ ਨਾਲ ਨਿਵਾਜਿਆ ਹੈ, ਗੁਰੂ ਮਹਾਰਾਜ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਵਿਖੇ ਪ੍ਰਵਾਨ ਕਰਨ, ਸਾਡੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਪ੍ਰਬੰਧਕ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਇਹੋ ਜਿਹੇ ਉਪਰਾਲੇ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਇਹੋ ਜਿਹੇ ਸਮਾਗਮ ਕਰਵਾਉਂਦੇ ਨੇ ਕਿ ਸਾਨੂੰ ਆਪਣੇ ਇਤਿਹਾਸ ਦੇ ਨਾਲ, ਬਾਣੀ ਦੇ ਨਾਲ ਜੁੜ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨ ਦਾ ਬਲ ਮਿਲਦਾ ਹੈ, ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗਲਤੀਆਂ ਫੁੱਲਾਂ ਗੁਰੂ ਮਹਾਰਾਜ ਦੇ ਦਰਬਾਰ ਦੇ ਅੰਦਰ ਬਖਸ਼